ਕੰਮ ਕਰਕੇ ਫਿਰ ਫਰਾਂਸ ਚਲ ਗਿਆ। ਫਰਾਂਸ 4 ਕੁ ਮਹੀਨੇ ਰਹੇ, ਫਿਰ ਅੱਗੇ ਲੰਘ ਗਏ। ਹਾਂਜੀ। ਅਬ ਆਪਕੋ ਕੈਸੇ ਪਤਾ ਚਲਾ ਕਿ ਉਨਕੇ ਸਾਥ ਕੁਛ ਐਸਾ ਹੋ ਗਿਆ ਹੈ ਕਿ ਉਹ ਨਹੀਂ ਰਹੇ? ਹਾਂਜੀ, ਸਾਨੂੰ ਜਿੱਦਾਂ ਪਹਿਲਾਂ ਫੋਨ ਨਹੀਂ ਸੀ ਆਇਆ ਕਈ ਦਿਨ, ਫਿਰ ਸਾਡੀ ਬੇਟੀ ਨੇ ਇਹਨੂੰ ਵੱਡੀ ਨੂੰ ਕੀਤਾ ਉੱਥੇ ਅਰਬੀ ਨੇ, ਵੀ ਤੁਹਾਡੇ ਡੈਡੀ ਦੇ ਸੱਟ ਲੱਗ ਗਈ ਆ, ਵੀ ਤੁਸੀਂ ਗੱਲ ਕਰੋ ਹੋਸਪਿਟਲ। ਉਹਨੇ ਆਪਣੇ ਫੋਨ 'ਤੇ ਬਸਾਨਾ ਗੱਲ ਕਰਾਈ, ਫਿਰ ਗੱਲ ਕਰਦੇ ਕਰਦੇ ਹੌਲੀ ਹੌਲੀ ਬਸਾਨਾ ਆਪ ਆਪੇ ਗੱਲ ਕਰਨੀ। ਹਾਂਜੀ। ਵਹਾਂ ਪੇ ਕਿਆ ਕਰਤੇ ਥੇ? ਕਰਦੇ ਬਸ ਕੁਛ ਨਹੀਂ, ਜਾਂਦੇ ਸੀ ਕੰਮ 'ਤੇ, ਜਿੱਦਾਂ ਬੱਸ ਸਟੈਂਡ ਖੜ੍ਹੇ ਸੀ ਇੱਦਾਂ ਇਕੱਠੇ ਖੜ੍ਹੇ ਸੀ, ਇੱਦਾਂ ਟਰਾਲਾ ਜਿੱਦਾਂ ਚੜ੍ਹ ਗਿਆ ਇੱਦਾਂ ਉੱਪਰ ਦੇ ਉੱਪਰ ਪੇੜ ਦੇ। ਹਾਂਜੀ, ਇਹ ਕਹਿੰਦੇ ਸੀ ਵੀ ਹੁਣ 15 ਦਿਨ ਕੱਲ੍ਹ ਗੱਲ ਕਰਦੇ ਰਹੇ, ਫਿਰ ਕਹਿੰਦੇ ਬੋਲਣ। ਮੈਂ ਇੰਨਾ ਸ਼ਾਮ ਨੂੰ ਗੱਲ ਕੀਤੀ ਹੈ 6 ਵਜੇ, ਕਹਿੰਦੇ ਸੁਨੀਤਾ ਇੱਦਾਂ ਕਰ ਵੀ ਤੂੰ ਮੈਨੂੰ ਹੁਣੇ ਇੰਗਲੈਂਡ ਨੂੰ ਫੋਨ ਕਰਕੇ ਮੈਨੂੰ ਦੱਸ ਦੇ। ਦੱਸ ਲੈ, ਮੁੜ ਕੇ ਮੈਂ ਫੋਨ ਲਾਉਂਦੀ, ਫੋਨ ਨਹੀਂ ਚੱਕਿਆ। ਦੱਸ ਨਹੀਂ। ਕਿੰਨੇ ਬੱਚੇ? ਬੱਚੇ ਮੇਰੇ 4। ਕੀ ਕਰਨਾ ਇਹ ਤਾਂ ਜੀ, ਹੁਣ ਤਾਂ ਤੁਹਾਡੇ ਸਿਰ 'ਤੇ ਹੈ ਮੇਰਾ ਗੁਜ਼ਾਰਾ, ਗੁਜ਼ਾਰਾ ਮੇਰਾ ਔਖਾ ਆ, ਮੇਰਾ ਕੋਈ ਕਮਾਉਣ ਵਾਲਾ ਹੈ ਨਹੀਂ ਇਸ ਵੇਲੇ। ਚਲੋ ਮਿੱਟੀ ਦੀ ਢੇਰੀ ਆ, ਹੁਣ ਤਾਂ ਇਹ ਦੇਖਣਾ ਮੂੰਹ, ਹੋਰ ਤਾਂ ਅਸੀਂ ਤਾਂ ਕੁਛ ਨਹੀਂ ਹੁਣ ਕਰ ਸਕਦੇ। ਇੱਕ ਇਹ ਵੀ ਚਲੋ ਬੱਚੇ ਹੌਸਲਾ ਹੋ ਜਾਊਗਾ, ਸਾਡੇ ਬੱਚਿਆਂ ਨੂੰ ਦੇਖ ਲਿਆ, ਰਿਸ਼ਤੇਦਾਰਾਂ ਨੂੰ ਦੇਖ ਲੈਣਾ। ਮਾੜਾ ਲੱਗਾ ਵੀ ਇੱਦਾਂ ਕਿੱਦਾਂ ਹੋ ਗਈ, ਸਾਨੂੰ ਤਾਂ ਹਲੇ ਤੱਕ ਵੀ ਯਕੀਨ ਨਹੀਂ ਹੈਗਾ ਵੀ ਇੱਦਾਂ ਹੋ ਗਈ ਆ, ਵਿਸ਼ਵਾਸ ਨਹੀਂ ਹੁੰਦਾ ਹੈਗਾ, ਕਿਉਂਕਿ ਉਹਨਾਂ ਨਾਲ ਗੱਲਬਾਤ ਕਰਦੇ ਸੀਗੇ, ਬੜੇ ਸੋਹਣੇ ਸੀ, ਠੀਕ ਸੀਗੇ। ਇਹੀ ਹੁਣ ਬਸ ਅਸੀਂ ਕਹਿੰਦੇ ਆ ਵੀ ਜਲਦੀ ਤੋਂ ਜਲਦੀ ਉਹਨਾਂ ਦੀ ਬੋਡੀ ਇੱਧਰ ਆ ਜਾਵੇ, ਕਿਉਂਕਿ ਸਾਨੂੰ 18 ਨੂੰ ਪਤਾ ਲੱਗਾ ਸੀ, 18 ਤਰੀਕ ਨੂੰ, 18 ਦਸੰਬਰ ਨੂੰ, ਹੁਣ ਲਗਭਗ ਮਹੀਨਾ ਹੋਣ ਵਾਲਾ ਆ, ਅਤੇ ਛੇਤੀ ਤੋਂ ਛੇਤੀ ਇੱਧਰ ਭੇਜ ਦੇਣ ਉਹਨਾਂ ਦੀ ਬੋਡੀ ਨੂੰ, ਬਸ ਇਹੀ ਚਾਹੁੰਦੇ ਹਾਂ। ਹੁਸ਼ਿਆਰਪੁਰ ਸੇ ਜਾਗਰਤੀ ਲਹਿਰ ਕੇ ਲੀਏ ਦਲਜੀਤ ਅਜਨੋਹਾ ਕੀ ਰਿਪੋਰਟ।